हेलो स्टूडेंट्स, वेलकम बैक टू द ऑनलाइन क्लास ऑफ श्री दशमेश कॉन्वेंट स्कूल अट्टी। अपन लास्ट टाइम एक्टिविटी की सी, होप तुसी कीती होगी स्टेम दी, जिहदे विच कि आपां कलर पा के गलास तो जिहड़ा पानी सीगा वह पत्तियां दे वीन्स विच चल गया सीगा, जिद्दां अपने नाड़ियां च जांदा। इस एक्टिविटी तो की पता लगता आपां नूं, जिहड़ा वाटर आ रूट्स तो स्टेम तो होके सीधा पत्तियां विच जांदा आ। This shows that water and mineral dissolved in the water to go to leaves and other plant parts attached to the stem through narrow tubes inside them. ਜਿਹੜਾ ਟਿਊਬਸ ਆਪਣੇ ਉਹਦੇ ਵਿੱਚ ਹੁੰਦੀਆਂ ਨੇ ਪਲਾਂਟਸ ਦੇ ਵਿੱਚ, ਉਹਦੇ ਥਰੂ ਜਾਂਦਾ ਹੈ। ਲੀਵਸ ਦਾ ਲੀਵਸ ਆਰ ਗ੍ਰੀਨ ਐਂਡ ਫਲੈਟਨਡ ਸਟਰਕਚਰਸ, ਦੇ ਅਰਾਈਜ਼ ਫਰੋਮ ਦਾ ਨੋਡਸ ਆਫ ਸਟੈਮ ਐਂਡ ਬ੍ਰਾਂਚਸ, ਆਰ ਆਲ ਦਾ ਲੀਵਸ ਸੇਮ ਇਨ ਸਾਈਜ਼ ਐਂਡ ਸ਼ੇਪ ਐਂਡ ਕਲਰ। ਕਿ ਸਾਰੇ ਜਿਹੜੇ ਪੱਤੇ ਆ ਸੇਮ ਸ਼ਕਲ ਦੇ ਹੁੰਦੇ ਨੇ? ਯੈਸ ਔਰ ਨੋ, ਦਾ ਆਨਸਰ ਵਿਲ ਬੀ ਨੋ। ਤੁਸੀਂ ਆਪਣੇ ਗਾਰਡਨ 'ਚ ਜਾ ਕੇ ਅਲੱਗ ਅਲੱਗ ਪੱਤੇ ਦੇਖ ਸਕਦੇ ਆ। ਕੋਈ ਪੱਤਾ ਕੋਨੀਫਰ ਹੁੰਦਾ, ਮਤਲਬ ਕੋਨ ਟਾਈਪ ਹੁੰਦਾ, ਕੋਈ ਫਲੈਟਨਡ ਹੁੰਦਾ, ਕੋਈ ਬਰੋਡਨ ਹੁੰਦਾ, ਠੀਕ ਹੈ। ਸਟਰਕਚਰ ਆਫ ਲੀਫ, ਇਹ ਟਿਪੀਕਲ ਲੀਫ ਕੰਸਿਸਟ ਆਫ ਲੀਫ ਬੇਸ, ਉਹਦਾ ਜਿਹੜਾ ਬੇਸ ਆ ਪੈਟੀਓਲਸ, ਇਟ ਇਜ਼ ਦਾ ਲੀਫ ਸਟਾਲਕ, ਇਟ ਕਨੈਕਟਸ ਦਾ ਲੀਫ ਟੂ ਦਾ ਸਟੈਮ। ਜਿਹੜੀ ਉਹਦੀ ਡੰਡੀ ਆ ਉਹਨੂੰ ਆਪਾਂ ਪੈਟੀਓਲ ਕਹਿੰਦੇ ਹਾਂ। ਲੈਮੀਨਾ, ਦਿਸ ਇਜ਼ ਦਾ ਗ੍ਰੀਨ ਐਂਡ ਫਲੈਟ ਐਂਡ ਬਰੋਡ ਪਾਰਟ ਆਫ ਲੀਫ, ਜਿਹੜਾ ਉੱਪਰਲਾ ਹਿੱਸਾ ਹੈ ਉਹਦਾ, ਆ ਡਾਇਗਰਾਮ ਤੁਸੀਂ ਦੇਖ ਸਕਦੇ ਹੋ, ਠੀਕ ਹੈ। ਅੱਗੇ ਅੱਗੇ ਮਿਡ ਰਿਬ ਐਂਡ ਵੀਨਸ, ਉਹਦੇ ਵਿੱਚ ਜਿਹੜੀਆਂ ਥੋੜ੍ਹੀ ਨਾੜੀਆਂ ਹੁੰਦੀਆਂ ਦੇਖ ਰਹੀਆਂ ਨਾ, ਦੀਜ ਆਰ ਕਾਲਡ ਮਿਡ ਰਿਬ ਐਂਡ ਵੀਨਸ। ਜਿਹੜਾ ਸੈਂਟਰ ਵਾਲੀ ਲਾਈਨ ਆ ਉਹ ਮਿਡ ਆ, ਮੀਨਸ ਮਿਡ ਰਿਬ ਆ, ਬਾਕੀ ਵੀਨਸ ਆ। ਮਿਡ ਰਿਬ ਫੋਰਮਸ ਦਾ ਮਿਡਲ ਐਕਸਿਸ ਆਫ ਲੀਫ ਬਲੇਡ, ਇਟ ਇਜ਼ ਫੋਰਮਡ ਬਾਏ ਦਾ ਐਕਸਟੈਂਸ਼ਨ ਆਫ ਪੈਟੀਓਲ, ਪੈਟੀਓਲ ਤੋਂ ਅੱਗੇ ਜਾ ਕੇ ਬਣਦਾ ਹੈ, ਠੀਕ ਹੈ। ਐਕਟੀਵਿਟੀ ਹੈ ਕਿ ਪੁੱਟ ਦਾ ਲੀਫ ਅੰਡਰ ਅ ਵਾਈਟ ਸ਼ੀਟ, ਇੱਕ ਵਾਈਟ ਸ਼ੀਟ ਤੁਸੀਂ ਲੀਫ ਰੱਖਣਾ, ਹੋਲਡ ਇਟ ਇਨ ਦਾ ਪਲੇਸ, ਉਹਦੇ ਆਲੇ ਦੁਆਲੇ ਤੁਸੀਂ ਕੀ ਆ ਪੈਨਸਿਲ ਨਾਲ ਵੀ, ਸੋਰੀ ਉੱਪਰ ਪੈਨਸਿਲ ਨਾਲ ਰਬ ਕਰ ਸਕਦੇ ਹੋ, ਥੱਲੇ ਪੱਤਾ ਰੱਖ ਕੇ ਉੱਪਰ ਤੁਸੀਂ ਪੇਪਰ ਰੱਖ ਕੇ ਜਿੱਦਾਂ ਆਪਾਂ ਸਕਰੈਚ ਕਰੀਦਾ, ਜਾਂ ਫਿਰ ਕਰਿਓਨ ਮਤਲਬ ਮੋਮੀ ਰੰਗ ਨਾਲ, ਉਹ ਸਾਰਾ ਪੋਰਸ਼ਨ ਕੀ ਆ ਜਿੱਦਾਂ ਨਾੜੀਆਂ ਬਣੀਆਂ ਵੀਨਸ ਬਣੀਆਂ ਉੱਪਰ ਉੱਭਰ ਕੇ ਆਜੂਗਾ। ਯੂ ਵਿਲ ਗੈਟ ਇੰਪ੍ਰੈਸ਼ਨ ਆਫ ਲੀਵ ਵਿਦ ਸਮ ਲਾਈਨਸ, ਠੀਕ ਹੈ। ਦਾ ਨੈਟਵਰਕ ਫੋਰਮ ਬਾਏ ਦਾ ਵੀਨਸ ਸ਼ੋ ਏ ਨੈਟਵਰਕ ਲਾਈਕ ਏ ਵੈਬ ਆਲ ਓਵਰ ਦਾ ਲਾਮੀਨਾ, ਦੈਟ ਇਜ਼ ਕਾਲਡ ਦਾ ਰੈਟੀਕੂਲੇਟ ਵੈਨੇਸ਼ਨ, ਠੀਕ ਆ। ਉਹਦੀ ਜਿਹੜੀ ਵੈਨੇਸ਼ਨ ਆ ਉਹਦੀ ਸ਼ੋ ਹੋ ਜਾਏਗੀ। ਫੋਰ ਐਗਜ਼ਾਮਪਲ, ਵੈਨੇਸ਼ਨ ਇਨ ਦਾ ਲੀਵ ਆਫ ਪੀਪਲ ਤੇ ਅਲੱਗ ਹੁੰਦੀ ਹੈ, ਮੈਂਗੋ ਦਾ ਅਲੱਗ ਆਉਣਾ, ਨੀਮ ਤੇ ਅਲੱਗ ਆਉਣਾ, ਤੁਸੀਂ ਉਹਨੂੰ ਸਕਰੈਚ ਕਰਕੇ ਦੇਖਣਾ, ਤਾਂ ਆਪਾਂ ਟਰੇਸ ਨਹੀਂ ਕਰਦੇ ਉਸ ਤਰ੍ਹਾਂ, ਠੀਕ ਹੈ। ਇਫ ਦਾ ਵੀਨਸ ਅਰਾਈਜ਼ ਫਰੋਮ ਦਾ ਮਿਡ ਰਿਬ ਇਨ ਦਾ ਸਟੇਟ ਲਾਈਨਸ ਐਂਡ ਆਰ ਪੈਰਲਰ ਟੂ ਈਚ ਅਦਰ, ਦੈਨ ਦਾ ਵੈਨੀਏਸ਼ਨ ਇਜ਼ ਕਾਲਡ ਪੈਰਲਰ ਵੈਨੀਏਸ਼ਨ। ਫੋਰ ਐਗਜ਼ਾਮਪਲ, ਵੈਨੇਸ਼ਨ ਇਨ ਦਾ ਲੀਵਸ ਆਫ ਬਨਾਨਾ, ਬਿਲਕੁਲ ਸਿੱਧੀਆਂ ਲਾਈਨਾਂ ਚੱਲਦੀਆਂ, ਠੀਕ ਹੈ। ਕਈਆਂ ਕੋਈ ਵਿੰਗੀ ਟੇਢੀ ਨਹੀਂ ਜਾਂਦੀ, ਬਿਲਕੁਲ ਬਨਾਨਾ ਜਾਂਦੀ। ਆਪਾਂ ਤੁਹਾਨੂੰ ਕਰਕੇ ਉਹਦੀ ਪਿੱਕ ਤੁਹਾਡੇ ਗਰੁੱਪ ਵਿੱਚ ਬੇਟਾ ਪਾ ਦਿੰਦਾ ਹਾਂ, ਠੀਕ ਹੈ। ਨੈਕਸਟ ਫਿਰ ਐਕਟੀਵਿਟੀਜ਼ ਆ, ਇਹ ਐਕਟੀਵਿਟੀਜ਼ ਆਪਾਂ ਸਕੂਲ ਲੱਗੇ ਤਾਂ ਕਰਾਂਗੇ। ਅਲੱਗ ਅਲੱਗ ਰਿਲੇਸ਼ਨ ਆ, ਅਲੱਗ ਅਲੱਗ ਉਹਦੀ ਟਾਈਪ ਆ, ਠੀਕ ਹੈ। ਪਲਾਂਟਸ ਗਿਵ ਐਕਸਟਰਾ ਅਮਾਊਂਟ ਆਫ ਵਾਟਰ ਇਨ ਦੇਅਰ ਥਰੂ ਲੀਵਸ ਇਨ ਦਾ ਫਾਰਮ ਆਫ ਵੇਪਰ। ਤੁਸੀਂ ਦੇਖਦੇ ਜਦੋਂ ਸਵੇਰੇ ਉੱਠਦੇ ਹਾਂ, ਤਰੇਲ ਜਦੋਂ ਪੈਂਦੀ ਜਿਹਨੂੰ ਕਹਿੰਦੇ ਆਪਾਂ, ਜਦੋਂ ਪੱਤਿਆਂ ਦੀ ਟਿਪਸ ਦੇ ਉੱਪਰ ਤਰੇਲ ਪਈ ਹੁੰਦੀ ਆ, ਉਹ ਪਾਣੀ ਉਹਦਾ ਬੂਟੇ ਦਾ ਪਾਣੀ ਨਿਕਲਦਾ, ਦੈਟ ਇਜ਼ ਕਾਲਡ ਟ੍ਰਾਂਸਪੀਰੇਸ਼ਨ। ਲੀਵਸ ਪ੍ਰੀਪੇਅਰ ਫੂਡ ਫੋਰ ਦਾ ਪਲਾਂਟ, ਦਾ ਪ੍ਰੋਸੈਸ ਪ੍ਰੀਪੇਅਰਿੰਗ ਫੂਡ ਬਾਏ ਦਾ ਲੀਵਸ ਇਨ ਦਾ ਪ੍ਰੈਜੈਂਸ ਆਫ ਵਾਟਰ, ਕਾਰਬਨ ਡਾਈਆਕਸਾਈਡ, ਸਨਲਾਈਟ। ਸਾਰੀ ਜਿਹੜੀ ਆਪਾਂ ਜਿੱਦਾਂ ਰੋਟੀ ਪਕਾਉਂਦੇ ਹਾਂ ਰਸੋਈ ਦੇ ਵਿੱਚ, ਇਸ ਤਰ੍ਹਾਂ ਕਿ ਜਿਹੜੇ ਪੱਤੇ ਆ ਉਹ ਦਰਖਤ ਅਤੇ ਬੂਟਿਆਂ ਦੀ ਰੋਟੀ ਪਕਾਉਂਦੇ ਨੇ। ਇਸ ਪ੍ਰੋਸੈਸ ਨੂੰ ਫੋਟੋਸਿੰਥੇਸਿਸ ਆਪਾਂ ਬੇਟਾ ਕਹਿੰਦੇ ਨੇ। ਦਿਸ ਇਜ਼ ਵਾਏ, ਦੈਟ ਇਜ਼ ਵਾਏ ਦਾ ਰੀਫ ਇਜ਼ ਕਾਲਡ ਕਿਚਨ ਆਫ ਪਲਾਂਟ। ਰੂਟ ਕੀ ਆ, ਪਾਣੀ ਨੂੰ ਅਬਜ਼ੋਰਬ ਕਰਦੀ ਆ, ਮਿਨਰਲ ਉੱਥੋਂ ਚੱਕਦੀ ਆ, ਜਿੱਦਾਂ ਨਾਈਟ੍ਰੋਜਨ, ਫੋਸਫੋਰਸ, ਅਲੱਗ ਅਲੱਗ ਜਿਹੜੇ ਮਿਨਰਲਸ ਚਾਹੀਦੇ ਨੇ, ਸਟੈਮ ਦੇ ਥਰੂ ਜਾਂਦਾ, ਲੀਵ ਤੱਕ ਜਾਂਦਾ। ਲੀਵਸ ਦੇ ਉੱਪਰ ਧੁੱਪ ਦੀ ਰੋਸ਼ਨੀ ਪੈਂਦੀ ਆ, ਧੁੱਪ ਦੀ ਰੋਸ਼ਨੀ ਪੈਂਦੀ ਮਤਲਬ ਉਹਦਾ ਗੈਸ ਚੱਲਦਾ ਆ, ਠੀਕ ਆ, ਤਾਂ ਉਹਦੀ ਰੋਟੀ ਪਾਣੀ ਬਣਦੀ ਨੇ, ਠੀਕ ਹੈ। ਨੈਕਸਟ ਅੱਗੇ ਆ ਗਿਆ ਫਲਾਰ ਆ, ਫਲਾਰ ਦੇ ਪਾਰਟ ਆ।
ये तुसीं बेटा पढ़ने आप, मैं तुहानू एक एक्सपैरीमेंट दे राहीं समझा दिंदा वी सेपल्स पेटल्स एंडोरेशियम गायनोशियम की हुंदे ने इह सारे। ठीक है, ये नैक्सट वीडियो विच आपां करांगे। आपां एक फलार लिया अज, ठीक है, दिस इज़ द फलार ऑफ पुटीन पुटीनिया। सेम स्ट्रक्चर आ जो आप कटते हैं, फलार नूं आपां कटता उहदे विच्चों तुसीं देख सकते हो सेम जिवें अपने डायग्राम बनिया। बिल्कुल ही उस तरह की यह बन चुकिया। ठीक है, सेंटर दे विच जिहड़ी बिल्कुल ग्रीन है, दैट इज़ कॉल्ड स्टिगमा। जी साइडा वाली आ, ठीक है, दैट आर कॉल्ड एंथर्स। सेंटर दे विच जिहड़ी ग्रीन वाली आ, इहनू मैं होर छिल दिना। बिल्कुल ग्रीन वाली आ, ये की आ इहदा स्टाइल आ, इहदी ओवरी ते ओव्यूल इहदे विच आ, जिहड़े साइडा वाले पत्ते आ ग्रीन ग्रीन, दीज आर कॉल्ड सैपल्स। आ जी बिल्कुल ही निकलना मेरे नाखून के कोल ओवरी आ, ये अंदर यदा अव्यूल आ, दैट इज़ द स्ट्रक्चर ऑफ फ्लावर्स। ठीक है, बाकी अपना जो लैसन आ नैक्सट वीडियो के कवर करा। थैंक यू, हैव ए नाइस डे।